ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀ ਵੀ, ਅਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਬੈਲ ਦਾ ਬਟਨ ਉਹਨੂੰ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਮੇਰੇ ਵੀਰਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਅੱਜ ਜਨਾਬ ਮੇਰੇ ਸਾਹਮਣੇ ਮੇਰੀ ਖੱਬੀ ਸਾਈਡ 'ਤੇ ਅਸਲ ਦਿੱਲੀ ਦੀ ਜਨਾਬ ਮਾਈਕ ਵੀਡੀਓ ਲੈ ਕੇ ਆਇਆ। ਕੈਮਰਾਮੈਨ ਸਾਹਿਬ ਖਾਓ ਦਾ ਮਾਈਕ ਸਰਦੀਆਂ ਕਰਵਾਉਣੀਆਂ ਨੇ, ਬਾਕੀ ਜਨਾਬ ਸੌਦਾ ਨਾਲ ਨਸੀਬਾਂ ਦੇ ਇਨਸ਼ਾਅੱਲਾ ਸੌਦਾ ਨਾਲ ਨਸੀਬਾਂ ਦੇ ਸਫ਼ਰ ਕਰਕੇ ਆਪਣੇ ਵੀਰਾਂ ਦੇ ਸੱਜਣਾਂ ਵਾਸਤੇ ਇਨਸ਼ਾਅੱਲਾ ਅਸਲ ਨੀਲੀ ਦੀ ਮੱਝ ਲੈ ਕੇ ਆਇਆ। ਉਮੀਦ ਕਰਾਂਗੇ ਅੱਜ ਵਾਲੀ ਵੀਡੀਓ ਮੇਰੇ ਵੀਰ ਇਨਸ਼ਾਅੱਲਾ ਆਖਰ ਤੀਕਰ ਵੇਖਣਗੇ। ਵੀਡੀਓ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਜਨਾਬ ਕੈਮਰਾਮੈਨ ਤਸੱਲੀ ਕਰਵਾ ਦਿਓ, ਮਾਸ਼ਾਅੱਲਾ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੁੰਦਾ। ਕੈਮਰਾਮੈਨ ਸਾਹਿਬ ਤਸੱਲੀ ਕਰਵਾਓ ਜਨਾਬ, ਪੁੱਠੇ ਚੰਗੇ ਨੇ, ਅੱਡੀ ਚੰਗੀ, ਮਾਸ਼ਾਅੱਲਾ ਪੂਰੀ ਕੱਚ ਦੀ ਹੈ। ਬਾਕੀ ਹਵਾਨਾ ਥੱਬਿਆਂ ਦਾ ਹਵਾਨਾ ਹੈ, ਮੁੱਠ ਮੁੱਠ ਦਾ ਜਨਾਬ ਥਣ ਲੱਗਿਆ, ਵਿਰਲ ਕੈਮਰੇ ਨਜ਼ਰ ਹੈ। ਬਾਕੀ ਜਨਾਬ ਟੁਰਦੀ ਫਿਰਦੀ ਵੀ ਕੈਮਰੇ ਨਜ਼ਰ ਹੋਏਗੀ। ਮਾਸ਼ਾਅੱਲਾ ਬਹੁਤ ਹੀ ਪਿਆਰਾ ਹਵਾਨਾ, ਮਾਸ਼ਾਅੱਲਾ ਥੱਬੇ ਦਾ ਹਵਾਨਾ ਹੈ, ਮੁੱਠ ਮੁੱਠ ਦਾ ਥਾਣ ਹੈ ਜਨਾਬ, ਫਲੀਆਂ ਵਾਲਾ ਥਾਣ ਹੈ। ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ, ਸਾਫ਼ ਸੁਥਰਾ ਜਾਨਵਰ ਦੇ ਇਨਸ਼ਾਅੱਲਾ ਕੋਸ਼ਿਸ਼ ਹੁੰਦੀ ਕਿ ਆਪਣੇ ਵੀਰਾਂ ਵਾਸਤੇ ਜਨਾਬ ਆਪਣੇ ਚੈਨਲ 'ਤੇ ਲਾਇਆ ਜਾਵੇ, ਤਾਂ ਕਿ ਜਨਾਬ ਮੇਰੇ ਵੀਰ ਖਰੀਦਦੇ ਰਹਿਣ ਅਤੇ ਵੇਖਦੇ ਰਹਿਣ। ਬਹੁਤ ਹੀ ਮਾਸ਼ਾਅੱਲਾ ਲਾਜਵਾਬ ਮੱਝ ਹੈ, ਤੁੰਨੀ ਕੋਣੀ 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 ਬਿਲਕੁਲ ਸਾਫ਼ ਸੁਥਰੀ ਹੈ, ਬਰੀਕ ਹੈ ਜਨਾਬ, ਜਿਵੇਂ ਧਾਗਾ ਪੂਛਲ ਪਕਾਓ ਜਨਾਬ ਕੈਮਰਾਮੈਨ ਸਾਹਿਬ, ਬਿਲਕੁਲ ਜਨਾਬ ਚਮਕ ਰੰਗੀ ਹੈ, ਟੁੱਟੀ ਫਿੱਟੀ ਕੈਮਰੇ ਨਜ਼ਰ ਆ, ਕੋਈ ਕੰਡਾ ਛੰਡਾ ਸਾਨੂੰ ਵੀ ਪਤਾ ਚੱਲ ਜਾਵੇ, ਸਾਡੇ ਸੱਜੇ ਅਤੇ ਵੀਰ ਹੀ ਵੇਖਣਗੇ। ਬਾਕੀ ਜਨਾਬ ਸਾਰੀ ਡਿਟੇਲ ਮਾਲਕ ਲੈ ਕੇ ਦੇਵਾਂਗੇ ਜਨਾਬ, ਇਹ ਕਿੰਨਵਾਂ ਸੁਆਸ ਹੋਈ ਹੈ, ਕਿੰਨੇ ਦਿਨ ਹੋ ਗਏ ਨੇ, ਤਸੱਲੀ ਕਰਵਾਵਾਂਗੇ ਇਨਸ਼ਾਅੱਲਾ। ਆ ਨੀਲੀ ਦੇ ਬਟਨ ਲੱਗੇ ਹੋਏ ਨੇ, ਤੁੰਨੀ ਕੋਨੀ ਕੋਰੀ ਕੋਨੀ, ਬਿਲਕੁਲ ਜਨਾਬ ਚਾਰੇ ਪੈਰ ਨੇ ਜਿਵੇਂ ਘੋੜਿਆਂ ਦੇ ਸੁੱਖ ਹੁੰਦੇ ਨੇ, ਤਸੱਲੀ ਕਰਵਾਵਾਂਗੇ ਇਨਸ਼ਾਅੱਲਾ। ਬਾਕੀ ਜਨਾਬ ਆਪਣਾ ਨੰਬਰ ਹੁੰਦਾ 0348-0667-8468, ਥੱਬੇ ਦਾ ਵਾਨਾ ਹੈ, ਮੁੱਠ ਮੁੱਠ ਦਾ ਥਣ ਲੱਗਿਆ ਜਨਾਬ, ਬਿਲਕੁਲ ਜਨਾਬ ਅਸੀਲ ਸ਼ਰਾਬ ਹੈ, ਨੀਲੀ ਦੇ ਜਨਾਬ ਬਟਨ ਲੱਗੇ ਹੋਏ ਨੇ। ਬਾਕੀ ਜਨਾਬ ਸੌਦਾ ਨਾਲ ਨਸੀਬ ਦੇ ਸਾਰੀ ਡਿਟੇਲ ਮਾਲਕ ਤੋਂ ਲੈ ਕੇ ਦੇਵਾਂਗੇ। ਭਾਅ ਜੀ ਅੰਦਰ ਆਓਗੇ ਤੁਹਾਡੇ ਕੋਲ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਆਪਣੀ ਜਿਹੜੀ ਮੱਝ ਵਿਖਾਈ ਜਾਂਦਾ ਹੈ, ਹਾਂਜੀ, ਸਭ ਤੋਂ ਪਹਿਲੇ ਇਹ ਦੱਸਣਾ ਕਿ ਕਿੰਨਵਾਂ ਸੂਆ ਸੂਈ ਹੈ? ਇਹ ਜੀ ਦੂਸਰਾ ਸੂਆ ਜੀ, ਕੱਲ੍ਹ ਸੂਈ ਹੈ, ਸੁਬਹ ਸੂਈ। ਦੂਸਰਾ ਸੂਆ ਹੈ ਅਤੇ ਕੱਲ੍ਹ ਸੂਈ ਸੁਬਹ ਸੁਬਹ, ਹਾਂਜੀ। ਤੇ ਇਹਦੇ ਮਗਰ ਕੀ ਹੈ? ਇਹਦੇ ਮਗਰ ਕੱਟਾ ਜੀ, ਇਹਦੇ ਮਗਰ ਬੱਚਾ ਤੁਹਾਡੇ ਸਾਹਮਣੇ ਆ ਜਾ, ਇਹਦਾ ਇਹ ਨਾੜੂਆ ਨਾਲ ਖੜਾ ਜੀ, ਠੀਕ ਹੋ ਗਿਆ। ਕੱਲ ਸੁਬਹ ਸੁਬਹ ਸੂਈਏ, ਤੀਸਰਾ ਡੰਗ ਸੁਬਹ ਚੋਇਆ, ਅੱਜ ਇਹ ਸ਼ਾਮੀ ਚੌਥੀ ਚੁਆਈਏ, ਹਲੇ ਬੋਲੇ 'ਚ, ਅਜੇ ਬੋਲੇ ਵਿੱਚ, ਹਾਂਜੀ। ਤੇ ਬੋਲੇ ਦੇ ਵਿੱਚ ਹੈ ਤਕਰੀਬਨ 12 ਕਿਲੋ ਸਾਰਾ, ਦੋਹਾਂ ਟਾਈਮਾਂ ਦਾ 12 ਕਿਲੋ ਬੋਲੇ 'ਚ। ਇੱਕ ਮਿੰਟ, ਹਾਂਜੀ। ਇਹ ਹੁਣ ਜਿਹੜਾ 12 ਲੀਟਰ ਦੁੱਧ ਦੱਸੀ ਜਾਂਦਾ, ਜੀ ਜੀ, ਬੱਚੇ ਨੂੰ ਫਲਾ ਕੇ? ਨਹੀਂ, ਬੱਚੇ ਸਮੇਂ ਬੱਚੇ ਹਲੇ ਬੋਲੇ 'ਚ ਬੋਲਾ, ਹਾਂਜੀ ਬੋਲਾ, ਝੂਠ ਨਹੀਂ ਮਾਰਨਾ। ਤੇ ਬਾਕੀ ਬੋਲੇ ਤੋਂ ਬਾਅਦ ਇਨਸ਼ਾਅੱਲਾ, ਬੋਲੇ ਤੋਂ ਬਾਅਦ ਮਾਈ ਕਰੇਗੀ ਬੱਚੇ ਨੂੰ ਦੇ ਕੇ 15-16 ਝੂਠ ਨਹੀਂ ਮਾਰਨਾ, ਕਿਉਂਕਿ ਕੱਲ ਨੂੰ ਕੋਈ ਆਪਣਾ ਦੋਸਤ ਲੈ ਵੀ ਜਾਵੇ ਨਾ, ਸਹੀ ਗੱਲ ਐ ਨਾ ਕਿ ਫਲਾਂ ਨੇ ਮੈਨੂੰ ਝੂਠ ਮਾਰਿਆ ਸੀ। ਸੋਹਣੀ ਗੱਲ ਹੈ। ਬਾਕੀ ਚੁਆ ਚੰਗਾ, ਛੱਟਾ ਪਾਰਾ ਕੋਈ ਨਹੀਂ, ਆਪਣੇ ਥਣਾਂ ਤੇ ਹਵਾਨੇ ਦੀ ਗਰੰਟੀ ਹੁੰਦੀ ਹੈ, ਬਿਲਕੁਲ ਹਾਂਜੀ, ਖਾਣ ਵਿੱਚ ਕੋਈ ਗਿਲਟੀ ਮਰੋੜੀ ਛੱਟਾ ਫੁਹਾਰ, ਹਾਂਜੀ, ਇਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਹਾਂਜੀ, ਕੋਈ ਘਾਟਾ ਵਾਧਾ ਇਹਦੇ ਵਿੱਚ? ਹਾਂਜੀ ਸਾਹਿਬ, ਸੁਬਹ 4 ਵਜੇ ਚੋਈਏ, ਹੁਣ ਤਕਰੀਬਨ ਤੁਸੀਂ ਵੀਡੀਓ ਬਣਾ ਰਹੇ ਹੋ 9 ਵਜੇ ਜੇ ਸ਼ਾਮੀ ਤੁਸੀਂ ਵੀਡੀਓ ਬਣਾਉਂਦੇ ਨਾ, ਤੇ ਮੈਂ ਅੱਲਾ ਦੇ ਹੁਕਮ ਨਾਲ ਚੱਡੇ ਤੇ ਤੋਰ ਵੀ ਨਾ ਸਕਾਂ, ਮੇਲਾ ਲਾਵੇ, ਹਾਂਜੀ ਮੇਲਾ ਲਾਵੇ ਜੀ, ਮੈਨੂੰ ਕੱਦ ਚੰਗਾ ਖਾਸ ਲੀਲੀ ਦੀ ਜਿਵੇਂ ਦੱਗ ਹੋਵੇ, ਤੇ ਮੈਂ ਦੁੱਧ ਉਹੀ ਦਿੰਦੀ ਹੈ ਜਿਹੜੀ ਬਰੀਕ ਹੋਵੇ, ਬਰੀਕ ਹੋਵੇ, ਮੋਟੀ ਮੈਂ ਦੁੱਧ ਨਹੀਂ ਦਿੰਦੀ, ਫੁੱਲ ਬਰੀਕ, ਫੁੱਲ ਬਰੀਕ ਹੈ, ਫੁੱਲ ਬਰੀਕ ਜਿਹਨੂੰ ਬਰੀਕ ਆਦੇ ਨੇ, ਮੱਝ ਦੀ ਲੰਬਾਈ ਵੇਖ, ਪੁੱਠਾ ਮੱਝ ਨੂੰ ਵੇਖ, ਇਹ 4 ਉਂਗਲਾਂ 'ਚ ਵੱਖੀ ਹੈ, ਵੇਖੋ ਇਹ, ਵੇਖੋ ਜੀ 4 ਉਂਗਲਾਂ 'ਚ ਵੱਖੀ, ਛੋਟੀ ਜਿਹੀ ਵੱਖੀ, ਛੋਟੀ ਜਿਹੀ ਵੱਖੀ ਹੈ, ਬਿਲਕੁਲ ਮੱਝ ਸਰਕ ਲੁਕਾ ਦੇਗੀ, ਬਰੀਕ ਮੈਂ ਪੂਰੀ, ਅੱਗੋਂ ਨੀਵੀਂ ਤੇ ਪਿੱਛੋਂ, ਅੱਗੋਂ ਨੀਵੀਂ ਪਿੱਛੋਂ ਉੱਚੀ, ਅੱਗੋਂ ਜ਼ਮੀਨ ਤੇ ਪਿੱਛੋਂ ਅਸਮਾਨ ਤੇ,
ਸਮਾਨ ਤੇ ਹਾਂਜੀ ਚੁਆ ਮੈਨੂੰ ਬੜਾ ਚੰਗਾ ਮੈਂ ਚੈੱਕ ਕਰ ਲਓ ਮੈਂ ਇੱਥੇ ਦਾਰ ਵੀ ਕੋਈ ਨਹੀਂ ਸੁਬਹ ਸੁਬਹ ਚੋਈਏ ਤੂੰ ਆ ਗਿਆ ਤੂੰ ਆਖਿਆ ਵੀਡੀਓ ਪਾਣੀ ਮੈਂ ਖਾਇਸਾ ਪਾ ਲਾ ਸਿਆਹ ਕਾਲੀ ਸ਼ਾਹ ਕਾਲੀ ਟਟ ਕਾਲੀ ਕੱਟ ਕਾਲੀ ਕੱਟ ਕਾਲੀ ਤੇ ਖਾਸ ਨੀਲੀ ਦੀ ਮਾਝੇ ਮੈਂ ਦੀ ਕੰਨੀ ਵੇਖ ਲੰਬਾਈ ਕਮ ਅਜ਼ ਕਮ 10 ਤੋਂ 11 ਫੁੱਟ ਇਹਨੂੰ ਇੱਧਰ ਟੋਰ ਮਾਰੀ ਹਾਂਜੀ ਝੂਠ ਨਹੀਂ ਮਾਰਨਾ ਜਿਹੜਾ ਬਾਈ ਲੈ ਜਾਏਗਾ ਨਾ ਦਿਨ ਸ਼ਾਲਾ ਕਰੇਗਾ ਯਾਦ ਪਰ ਤੋਹਫਾ ਲੈ ਕੇ ਆਇਆ ਅੱਛਾ ਅਸਲ ਨੀਲੀ ਦੀ ਹੈ ਯਾਰ ਸਾਰੀ ਸ਼ਾਇਦ ਚੁੱਪ ਪਾਣੀ ਸੱਟ ਕੇ ਖੁਦ ਹੀ ਜਾ ਕੇ ਡਿੱਗੇਗਾ ਯਾਨੀ ਕਿ ਅੱਗੋ ਚਿੱਕੀ ਹਾਂ ਬਾਕੀ ਮੈਂ ਪੂਰੀ ਸ਼ਾਹ ਕਾਲੀ ਕੰਨ ਵੇਖ ਮੈਨੂੰ ਕਿਹੜਾ ਛਾਛਾ ਜਿਹੜਾ ਕੰਨ ਹੈ ਨਾ ਕੋੜੀ ਨਾ ਦੁੰਨੀ ਬਿਲਕੁਲ ਪਿਓਰ ਨੀਲੀ ਜੀ ਹਾਂ ਕੋੜੀ ਮਸਲਾ ਹੈ ਇਹ ਆ ਵੇਖੋ ਜੀ ਵਗਾਓ ਜਨਾਬ ਅੱਧਾ ਕਿਲੋ ਦੀ ਕੋੜੀ ਅੱਧਾ ਕਿਲੋ ਦੀ ਅੱਧਾ ਕਿਲੋ ਠੀਕ ਹੋ ਗਿਆ ਬਿਲਕੁਲ ਕੋੜੀ ਇਧਰ ਆ ਮੇਰੇ ਕੋਲ ਹਾਂ ਜੀ ਬੜੀ ਬਰੀਕ ਹੈ ਅੱਛਾ ਉਹ ਗੱਲਾਂ ਆਪੇ ਬਹੁਤ ਹੀ ਕਰ ਲਈਆਂ ਨੇ ਹਾਂ ਜੀ ਤਰੀਫ ਹੈ ਸੋਹਣੇ ਰੱਬ ਦੀ ਜਾਨਵਰ ਆਪਣਾ ਖਰਾ ਹੋਣਾ ਚਾਹੀਦਾ ਹੋਣਾ ਚਾਹੀਦਾ ਠੀਕ ਹੈ ਕੋਈ ਮੇਰਾ ਸੱਜਣ ਵੀ ਲੈ ਕੇ ਜਾਵੇ ਇਨਸ਼ਾਅੱਲਾ ਯਾਰ ਕਿਸੇ ਕਿਸਮ ਦਾ ਜਨਾਬ ਗਿਲਾ ਨਾ ਹੋਵੇ ਖਾਣ ਵਿੱਚ ਕਿਸੇ ਕਿਸਮ ਦਾ ਘਾਟਾ ਵਾਧਾ ਨਾ ਹੋਵੇ ਮਾਜੇ ਨਾਮ ਵੀ ਜੋ ਮੇਰੇ ਤੇ ਆਪਣੀ ਗਾਰੰਟੀ ਹੋਈ ਇਹਦੇ ਪੱਕੇ ਜੇ ਪੈਸੇ ਦੱਸਣੇ ਜਿਹੜੇ ਆਪਾਂ ਲੈ ਲੈਣੇ ਇੱਕੋ ਗੱਲ ਇੱਕੋ ਹੀ ਗੱਲ ਮਾਜੇ ਦਾ ਮੁੱਲ ਤਾਂ ਕਰਾਓ ਤਾਂ 3.5 ਲੱਖ ਅੱਛਾ ਲੇਕਿਨ ਮਾਜੇ ਦੇਣਗੇ 3,40,000 3,40,000 3,40,000 ਦੀ ਉਹਦੇ ਵਿੱਚ ਇਹ ਨਾ ਹਿਸਾਬ ਅਗਰ ਮਾਜੇ ਤੁਸੀਂ ਸ਼ਾਮੀ ਵੀਡੀਓ ਬਣਾਉਂਦੇ ਨਾ ਬਿਲਕੁਲ ਕੋਈ ਸਾਡੇ ਨਾਲ ਜਨਾਬ ਮੁਹੱਬਤ ਪਿਆਰ ਕਰ ਰਿਹਾ ਸਾਡੇ ਆਇਆਂ ਦੀ ਦੀਦ ਪਿਆਰ ਇਸ ਤੋਂ ਘੱਟ ਨਹੀਂ ਹੋਣਾ ਨਹੀਂ ਕੋਈ ਦੀਦ ਪਿਆਰ ਇੰਨਾ ਸਫ਼ਰ ਦਾ ਯਾਰ ਕੋਈ ਸਫ਼ਰ ਦਾ ਤਾਂ ਸੋਚ ਆਜ ਸਾਹਿਬ ਮਾਜੀ ਮਾਜ ਕੋਲ ਤਾਂ ਮਾਈ ਗੱਪਣ ਵੇਖ ਰਿਹਾ ਰਾਜ ਸਾਹਿਬ ਹਾਂ ਕਹਿਣਾ ਸੀ ਵਾਕੇ ਮਾਈ ਦਾ ਬੱਚਾ ਇਹ ਮੌਕੇ ਦਾ ਯਾਰ ਬਰੀਕੀ ਵੇ ਇਹ ਬਰੀਕੀ ਵੇ ਮਾਈ ਸਾਡਾ ਕੋਈ ਦੀਦ ਲਿਆ ਯਾਰ ਇੰਨਾ ਸਫ਼ਰ ਕਰਕੇ ਆਏ ਆ ਬੜੀ ਬਰੀਕ ਮਾਜੇ ਖੋਤਾ ਨਹੀਂ ਮੋਟਾ ਖੋਤਾ ਨਹੀਂ ਕੋਈ ਬਰੀਕ ਮੈਂ ਬਰੀਕ ਮੈਂ ਦੋ ਇਹ ਮਾਜ ਉਹ ਲਵੇਗਾ ਜਿਹੜਾ ਕਾਰੀਗਰ ਹੋਏਗਾ ਜਿਹੜਾ ਸਮਝੇਗਾ ਮਾਜ ਨੂੰ ਮਾਸ਼ਾਅੱਲਾ ਜੀ ਮਾਜ ਬਹੁਤ ਚੰਗੀ ਹੈ ਮਾਸ਼ਾਅੱਲਾ ਅੱਲਾ ਮੁਕਦਰਾਂ ਕਰੇ ਜਿਹੜਾ ਬੰਦਾ ਜਾਵੇ ਹਾਂਜੀ ਤੇ ਮੌਕੇ ਤੇ ਸਾਨੂੰ ਪਿਆਰ ਮੁਹੱਬਤ ਕਰ ਸਾਡੇ ਆਏ ਦਾ ਗੁਦੀਦ ਲਿਆਜ ਕਰ 3,40,000 ਚ ਆਈ ਸਾਹਿਬ ਕਰਨ 35,000 ਦੇ ਦਿਓ 5,000 ਰੁਪਏ ਛੱਡੇ 5,000 ਮੈਂ 3.5 ਲੱਖ ਦੀ ਲੇਕਿਨ ਤੁਹਾਡੀ ਜ਼ਾਤ ਵਾਸਤੇ 3,35,000 ਦੀ ਤੂੰ ਸੁਬਹ ਦਾ ਮੈਨੂੰ ਖਪਾ ਰਿਹਾ ਹੈ ਸਿੱਧਾ ਮੁੱਲ ਕਰ ਸਿੱਧਾ ਮੁੱਲ ਕਰ ਅੱਛਾ ਹੁਣ ਜਿਹੜਾ ਮੁੱਲ ਦੱਸੀ ਜਾਂਦਾ ਮੈਂ ਤਾਂ ਮੁੱਲ ਲੱਗੀ ਵੀ ਜਾਂਦਾ ਅੱਛਾ ਹੁਣ ਜਿਹੜਾ ਦੁੱਧ ਦੱਸੀ ਜਾਂਦਾ ਜੀ ਜੀ ਦੁੱਧ ਹੀ ਘਾਟਾ ਵਾਧਾ ਨਹੀਂ ਹੋਣਾ ਚਾਹੀਦਾ ਨਹੀਂ 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 ਕਿਉਂ ਘਾਟਾ ਕਿਉਂਕਿ ਦੁੱਧ ਪਾਈਆ ਵੀ ਘੱਟ ਜਾਏਗਾ 50,000 ਰੁਪਏ ਜੁਰਮਾਨਾ ਅੱਲਾ ਦੇ ਤੁਹਾਡਾ 50,000 ਨਹੀਂ 2,00,000 ਲਾ ਦੇ ਤੇ ਮਸਲਾ ਤੇ ਇਹਦੇ ਵਿੱਚ ਜਨਾਬ ਜਿਹੜਾ 3,35,000 ਰੁਪਇਆ ਵੀਰੋ ਤੇ ਇਨਸ਼ਾਅੱਲਾ ਮੈਂ ਇਹਨੂੰ ਕੱਦ ਕਿੱਥੇ ਖੜਿਆ ਕੱਦ ਮਾਸ਼ਾਅੱਲਾ ਕੱਦ ਲਾਮ ਕੈਮਰੇ ਨਜ਼ਰ ਹੈ ਮੋਟੀ ਮੈਂ ਲਓ ਮੇਰੇ ਦੋਸਤੋ ਬਰੀਕ ਮੈਂ 3,35,000 ਰੁਪਇਆ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਜਿੰਨਾ ਕੋ ਪਿਆਰ ਮੁਹੱਬਤ ਹੋ ਸਕੇ ਇਨਸ਼ਾਅੱਲਾ ਕਰਵਾਵਾਂਗੇ ਬਾਕੀ ਨੰਬਰ ਹੁੰਦਾ 0348 0768 88 ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ